ਨਾਭਾ ਮਾਰਕੀਟ ਕਮੇਟੀ ਦਾ ਜਿਹੜਾ ਚੇਅਰਮੈਨ ਬਣਾਇਆ ਗਿਆ ਕੈਪਟਨ ਸਾਹਿਬ ਅਤੇ ਸਾਧੂ ਸਿੰਘ ਜੀ ਧਰਮਸੋਤ ਦੀ ਮੇਰੇ 'ਤੇ ਪਾਰ ਕਿਰਪਾ ਹੋਈ ਹੈ, ਜਿਨ੍ਹਾਂ ਨੇ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਸੌਂਪੀ ਆ, ਮੈਂ ਪੂਰੇ ਤਨਦੇਹੀ ਨਾਲ ਨਿਭਾਊਂਗਾ ਦਾ ਅਤੇ ਸਾਧੂ ਸਿੰਘ ਕੈਬਨਿਟ ਮੰਤਰੀ ਪੰਜਾਬ ਜੀ ਦਾ ਮੈਂ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਕਿ ਮੈਨੂੰ ਮਾਰਕੀਟ ਕਮੇਟੀ ਨਾਭੇ ਦਾ ਵਾਈਸ ਚੇਅਰਮੈਨ ਲਾਇਆ। ਜੋ ਵੀ ਮੇਰੀ ਡਿਊਟੀ ਲਾਉਣਗੇ ਇਹ, ਉਹ ਕਾਨੂੰਨ ਅਨੁਸਾਰ ਸਾਰੇ ਕੰਮ ਅਸੀਂ ਸਹੀ ਤਰੀਕੇ ਨਾਲ ਕਰਾਂਗੇ। ਅਤੇ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਅਤੇ ਪਾਰਟੀ ਵੱਲੋਂ ਕੈਪਟਨ ਸਾਹਿਬ ਦਾ ਅਤੇ ਕੈਪਟਨ ਸਾਧੂ ਸਿੰਘ ਧਰਮਸੋਤ ਜੀ ਦਾ ਬਹੁਤ 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 ਦਿਲੋਂ ਧੰਨਵਾਦ ਕਰਦਾ। ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਆਪਣੇ ਹਲਕੇ ਦੇ MLA ਅਤੇ ਕੈਬਨਿਟ ਦੇ ਵਜ਼ੀਰ ਸਰਦਾਰ ਸਾਧੂ ਸਿੰਘ ਧਰਮਸੋਤ ਜੀ, ਉਹਨਾਂ ਦਾ ਕੋਟਨ ਕੋਟ ਧੰਨਵਾਦ ਕੀਤਾ ਜਾਂਦਾ, ਕਿਉਂਕਿ ਮੈਰਿਟ ਦੇ ਆਧਾਰ 'ਤੇ ਸਰਦਾਰ ਜਗਜੀਤ ਸਿੰਘ ਜੀ ਦਲੱਦੀ ਸਾਹਿਬ ਉਹਨਾਂ ਨੂੰ ਚੇਅਰਮੈਨ ਬਣਾਇਆ, ਕਿਉਂਕਿ ਪਹਿਲਾਂ ਬਤੌਰੇ ਉਹ ਟਰੱਕ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਨੇ ਔਰ ਵੱਖ ਵੱਖ ਚੇਅਰਮੈਨ ਹੀ ਉਹਨਾਂ ਨੇ ਰੱਖੜਾ ਸ਼ੂਗਰ ਮਿੱਲ ਦੀ ਅਤੇ ਹੋਰ ਅਦਾਰਿਆਂ ਦੀ ਕੀਤੀ ਹੈ, ਉਹਨਾਂ ਨੇ ਬਣਦਾ ਜਿਹੜਾ ਮਾਣ ਸਨਮਾਨ ਦਿੱਤਾ। ਇਸੇ ਤਰ੍ਹਾਂ ਸ਼੍ਰੀ ਜਗਦੀਸ਼ ਲਾਲ ਜੀ ਮੱਘੋ ਸਾਹਿਬ ਜਿਹੜੇ ਸਾਡੇ ਸ਼ਹਿਰ ਦਾ ਥੰਮ ਨੇ, ਸਾਡੇ ਨਾਭਾ ਉਤਸਵ ਸਮਿਤੀ ਦੇ ਪ੍ਰਧਾਨ ਨੇ, ਸਾਡੀਆਂ 85 ਪ੍ਰਬੰਧਕ ਕਮੇਟੀਆਂ ਨੇ, ਸ਼ਹਿਰ ਦੀ ਜ਼ਿੰਮੇਵਾਰੀ ਤਨਦੇਹੀ ਨਾਲ ਉਹਨਾਂ ਨੇ ਨਿਭਾਈ ਆ। ਉਹਨਾਂ ਤੋਂ ਪਹਿਲਾਂ ਉਹਨਾਂ ਦੇ ਸਵਰਗਵਾਸੀ ਛੋਟੇ ਬ੍ਰਦਰ ਗਿਆਨ ਚੰਦ ਜੀ ਮੱਘੋ, ਉਹ ਵੀ ਪਹਿਲਾਂ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਰਹੇ ਨੇ ਔਰ ਬਣਦਾ ਮਾਣ ਸਨਮਾਨ ਮੰਤਰੀ ਸਾਹਿਬ ਨੇ ਜਿਹਦੇ ਨਾਲ ਜਿਹੜਾ ਵਾਅਦਾ ਕੀਤਾ ਸੀ ਔਰ ਉਹਨਾਂ ਦੀ ਪਾਰਖੂ ਆਖਿਆ, ਕਿਉਂਕਿ ਇਹ ਜ਼ਿੰਮੇਵਾਰੀਆਂ ਜਿਹੜੀਆਂ ਹੁੰਦੀਆਂ ਅਹਿਮ ਸ਼ਖਸੀਅਤਾਂ ਨੂੰ ਦਿੱਤੀਆਂ ਜਾਂਦੀਆਂ ਨੇ। ਗੱਲ ਹੈ ਕਿ ਜੋ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਸਾਡੇ ਇੱਥੇ ਹਲਕੇ ਦੇ MLA ਅਤੇ ਕੈਬਨਿਟ ਦੇ ਵਜ਼ੀਰ ਨੇ, ਉਹਨਾਂ ਨੇ ਮੁੱਖ ਮੰਤਰੀ ਪੰਜਾਬ ਜੀ ਤੋਂ, ਜੋ ਕਿ ਸਾਡੇ ਇਮਾਨਦਾਰ ਅਤੇ ਹੋਣਹਾਰ ਸਾਡੇ ਜਗਜੀਤ ਸਿੰਘ ਦਲੱਦੀ ਜੀ ਜਿਨ੍ਹਾਂ ਨੂੰ ਮਾਰਕੀਟ ਕਮੇਟੀ ਨਾਭਾ ਦਾ ਚੇਅਰਮੈਨ ਲਾਇਆ, ਜਗਦੀਸ਼ ਚੰਦ ਮੱਘੋ ਜੀ ਜੋ ਕਿ ਨਾਭਾ ਉਸ ਸਮਿਤੀ ਦੇ ਸਾਡੇ ਪ੍ਰਧਾਨ ਵੀ ਨੇ, 85 ਸੰਸਥਾਵਾਂ ਦੇ ਉਹਨਾਂ ਨੂੰ ਵਾਈਸ ਚੇਅਰਮੈਨ ਲਾਇਆ, ਅਤੇ ਨਾਲ ਹੀ ਸਾਡੇ ਪਰਮਜੀਤ ਕੱਲਰ ਮਾਜਰੀ ਜੀ ਉਹਨਾਂ ਨੂੰ ਭਾਦਸੋ ਮਾਰਕੀਟ ਕਮੇਟੀ ਵਿੱਚ ਚੇਅਰਮੈਨ ਲਾਇਆ। ਇਹਦੇ 'ਚ ਜੋ ਬਣਦਾ ਸਨਮਾਨ ਹੈ, ਜਿਹੜੇ ਪਾਰਟੀ ਦੇ ਪ੍ਰਤੀ ਖੜ੍ਹੇ ਨੇ, ਕਾਂਗਰਸ ਪਾਰਟੀ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ, ਮੈਂ ਮੰਤਰੀ ਸਾਹਿਬ ਦਾ ਅਤੇ ਸਾਰੀ ਪੰਜਾਬ ਦੀ
ਕੈਬਨਿਟ ਵਜ਼ੀਰ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਹਨਾਂ ਨੂੰ ਕਾਂਗਰਸ ਪਾਰਟੀ ਦੇ ਜਿਹੜੇ ਵਫਾਦਾਰ ਸਿਪਾਹੀ ਨੇ ਉਹਨਾਂ ਨੂੰ ਅੱਜ ਮਨ ਦਾ ਮਾਨ ਸਨਮਾਨ ਦਿੱਤਾ। ਮੈਂ ਆਪਣੇ ਵੱਲੋਂ ਨਿੱਜੀ ਤੌਰ 'ਤੇ ਅਤੇ ਸਮੂਹ ਨਗਰ ਕੌਂਸਲ ਨਾਭਾ ਵੱਲੋਂ ਸਮੂਹ ਕੌਂਸਲਰ ਸਾਹਿਬਾਨ ਵੱਲੋਂ ਲੱਖ ਲੱਖ ਵਧਾਈ ਪੇਸ਼ ਕਰਨਾ। ਅੱਜ ਬਹੁਤ ਹੀ ਭਾਗਾਂ ਭਰਿਆ ਦਿਨ ਹੈ ਕਿ ਸਾਡੇ ਸਤਿਕਾਰਯੋਗ ਚਾਚਾ ਜੀ ਸਰਦਾਰ ਜਗਜੀਤ ਸਿੰਘ ਦਲੱਦੀ ਜੀ ਨੂੰ, ਜਿਨ੍ਹਾਂ ਨੇ ਪਾਰਟੀ ਦੇ ਲਈ ਦਿਨ ਰਾਤ ਇੱਕ ਕਰਕੇ ਪਿਛਲੇ 10-15 ਸਾਲਾਂ ਤੋਂ ਬਹੁਤ ਪਾਰਟੀ ਲਈ ਸੰਘਰਸ਼ ਕੀਤਾ। ਮੰਤਰੀ ਸਾਹਿਬ ਦੀ ਪਾਰਖੂ ਅੱਖ ਨੇ ਉਹਨਾਂ ਨੂੰ ਜਿਹੜਾ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ, ਉਹ ਇਲਾਕੇ ਭਰ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ। ਅਤੇ ਜਗਦੀਸ਼ ਚੰਦ ਮੰਗੋ ਜੀ ਨੂੰ ਵਾਈਸ ਚੇਅਰਮੈਨ ਲਾਇਆ, ਬਹੁਤ ਹੀ ਉਹਨਾਂ ਨੇ ਮਤਲਬ ਦੋਨੋਂ ਹੀ ਬਹੁਤ ਉਹਨਾਂ ਨੇ ਆਪਣੀ ਪਾਰਖੂ ਅੱਖ ਦੇ ਨਾਲ ਇਹ ਚੁਣ ਕੇ ਲਾਏ ਨੇ, ਔਰ ਸਾਰਾ ਇਲਾਕਾ ਅੱਜ ਬਹੁਤ ਖੁਸ਼ ਹੈ ਅਤੇ ਮੰਤਰੀ ਜੀ ਦਾ ਧੰਨਵਾਦ ਕਰ ਰਿਹਾ, ਕੈਪਟਨ ਸਾਹਿਬ ਦਾ ਧੰਨਵਾਦ ਕਰ ਰਿਹਾ। ਇਹ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਇਹ ਜਿਹੜੇ ਪਾਰਟੀ ਦੇ ਵਫਾਦਾਰ ਸਿਪਾਹੀ ਨੇ ਉਹਨਾਂ ਨੂੰ ਮਾਣ ਸਨਮਾਨ ਮਿਲਿਆ। ਪੰਜਾਬ ਦੇ ਸਾਡੇ ਵਜ਼ੀਰ ਕੈਬਨਿਟ ਦੇ ਹਲਕੇ ਦੇ ਹਰਮਨ ਪਿਆਰੇ ਨੇਤਾ ਸਰ ਸਾਧੂ ਸਿੰਘ, ਉਹਨਾਂ ਨੂੰ ਮੁਬਾਰਕਬਾਦ ਹੈ ਜਿਨ੍ਹਾਂ ਨੇ ਬਹੁਤ ਹੀ ਸੀਨੀਅਰ ਔਰ ਇੱਕ ਵਰਕਰ ਤਕੜੇ ਦਾ ਪਰਖ ਕਰਕੇ ਇਹਨਾਂ ਨੂੰ ਬਣਾਇਆ, ਸਰ ਜਗਜੀਤ ਸਿੰਘ ਉਹਨਾਂ ਨੂੰ ਅਤੇ ਨਾਲ ਹੀ ਸਾਡੇ ਮੰਗੋ ਸਾਹਿਬ ਨੂੰ। ਮੈਂ ਇਹਨਾਂ ਦੇ ਪਰਿਵਾਰ ਨੂੰ, ਇਹਨਾਂ ਨੂੰ ਸਾਰੇ ਪਾਰਟੀ ਵਰਕਰਾਂ 'ਚ ਖੁਸ਼ੀ ਦੀ ਲਹਿਰ ਹੈ, ਬਹੁਤ ਮੁਬਾਰਕਬਾਦ ਦਿੰਦਾ। ਇਹ ਪਹਿਲਾਂ ਵੀ ਚੇਅਰਮੈਨ ਰਹੇ ਨੇ ਜੀ ਅਤੇ ਬਹੁਤ ਵਧੀਆ ਵਰਕ ਕਰ ਰਹੇ ਇਹਨਾਂ ਨੇ, ਤਾਂ ਹੀ ਜੀ ਮੰਤਰੀ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹਨਾਂ 'ਤੇ ਵਿਸ਼ਵਾਸ ਕਰਕੇ ਇਹਨਾਂ ਨੂੰ ਦੁਬਾਰਾ ਚੇਅਰਮੈਨ ਨਹੀਂ ਦਿੱਤੀ ਹੈ ਜੀ। ਅਤੇ ਨਾਲ ਸਾਡੇ ਵਾਈਸ ਚੇਅਰਮੈਨ ਬਣਾਏ ਨੇ ਜਗਦੀਪ ਸਿੰਘ ਮੱਗੋ ਜੀ, ਉਹ ਵੀ ਬਹੁਤ ਪੁਰਾਣੇ ਕਾਂਗਰਸੀ ਵਰਕਰ ਨੇ ਅਤੇ ਸੀਨੀਅਰ ਆਗੂ ਨੇ ਜੀ।